ਵਿਧਾਇਕ ਡਾਕਟਰ ਰਾਜਕੁਮਾਰ ਅਤੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਵੈਸਟ ਦੇ ਕੋਟ ਖਾਲਸਾ ਇਲਾਕੇ ਵਿੱਚ ਗਲੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਹਨਾਂ ਵਿਕਾਸ ਕਾਰਜਾਂ 'ਤੇ 20 ਲੱਖ ਰੁਪਏ ਖਰਚ ਹੋਣਗੇ। ਡਾਕਟਰ ਰਾਜਕੁਮਾਰ ਨੇ ਇਲਾਕੇ ਦੇ ਸਰਕਾਰੀ ਸਕੂਲ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਹਨਾਂ ਵਿਕਾਸ ਕਾਰਜਾਂ ਲਈ ਲੋਕਾਂ ਨੇ ਵਿਧਾਇਕ ਡਾਕਟਰ ਰਾਜਕੁਮਾਰ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕੀਤਾ। ਕੌਂਸਲਰ ਕੰਚਨ ਗੁਲਾਟੀ, ਕੌਂਸਲਰ ਸੁਖਦੇਵ ਸਿੰਘ ਚਾਹਲ, ਵਿਨੀਤ ਗੁਡਾਲਤੀ ਸਮੇਤ ਕਈ ਲੋਕ ਮੌਜੂਦ ਸਨ। ਕਰਮਜੀਤ ਸਿੰਘ ਰਿੰਟੂ ਸਾਡੇ ਇਹ ਅੰਮ੍ਰਿਤਸਰ ਦੀ ਪਾਵਨ ਨਗਰੀ ਦੇ ਮੇਅਰ ਆ, ਔਰ ਉਹਨਾਂ ਨੇ ਅੱਜ ਇਹ ਖੁੱਲ੍ਹੇ ਗੱਫਿਆਂ ਦੇ ਨਾਲ ਇਲਾਕੇ ਦੇ ਵਿਕਾਸ ਦੇ ਕੰਮਾਂ ਨੂੰ ਸ਼ੁਰੂਆਤ ਕਰਾਈ ਹੈ, ਔਰ ਇਹ 20 ਲੱਖ ਦੇ ਕੰਮਾਂ ਦੇ ਨਾਲ ਇਹ ਗਲੀਆਂ ਅਤੇ ਨਾਲੀਆਂ ਦੇ ਕੰਮਾਂ ਨੂੰ ਸ਼ੁਰੂ ਕੀਤਾ ਗਿਆ। ਔਰ ਅੱਜ ਮੈਂ ਸਕੂਲ ਦੀ ਵਾਸਤੇ ਆਇਆ, ਕਿਉਂਕਿ ਇਹ ਪ੍ਰਾਇਮਰੀ ਸਕੂਲ ਹੈ ਔਰ ਇੱਥੇ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਆ, ਫਰਨੀਚਰ ਦੀ ਕਮੀ ਹੈ, ਬਿਲਡਿੰਗ ਨਹੀਂ ਹੈ, ਕਮਰਿਆਂ ਦੀ ਕਮੀ ਹੈ, ਸੋ ਇਹ ਸਾਰੇ ਕੰਮਾਂ ਨੂੰ ਕੰਪਲੀਟ ਕਰਨ ਵਾਸਤੇ 20 ਲੱਖ ਰੁਪਈਆ ਇਹ ਸਕੂਲ ਵਾਸਤੇ ਮੈਂ ਅੱਜ ਇਹਨਾਂ ਨੂੰ ਕਹਿ ਦੇਣਾ, ਔਰ ਇਹ ਕੰਮਾਂ ਨੂੰ ਸਾਰੇ ਕਮਰਿਆਂ ਨੂੰ ਪੂਰਾ ਕਰ ਲੈਣ। ਹੋਰ ਵੀ ਜਿੰਨੇ ਪੈਸੇ ਚਾਹੀਦੇ ਹੈ, ਇਹ ਇਲਾਕੇ ਦੇ ਸਾਰੇ ਸਕੂਲ ਕੌਨਵੈਂਟ ਸਕੂਲ ਦੀ ਤਰ੍ਹਾਂ ਹੋਣਗੇ ਔਰ ਇਹ ਬੱਚੇ ਇੱਥੋਂ ਦੇ ਚੰਗੇ ਸਕੂਲ ਦੀ ਤਰ੍ਹਾਂ ਮਹਿਸੂਸ ਕਰਨਗੇ, ਚੰਗੇ ਟੀਚਰ, ਔਰ ਇਹਨਾਂ ਦੇ ਨਾਲ ਵੀ ਇੱਕ ਮੀਟਿੰਗ ਪੇਰੈਂਟਸ ਟੀਚਰਾਂ ਦੇ ਨਾਲ ਵੀ ਜਿਹੜੀ ਜਲਦੀ ਕਰਨ ਆ ਰਿਹਾ, ਔਰ ਸਾਡੇ ਜਿਹੜੇ ਅਧਿਆਪਕ ਹੈ ਇਹ ਸਾਰੇ ਮਿਹਨਤੀ ਹੈ, ਫੈਸਿਲਿਟੀ ਦੀ ਕਮੀ ਹੈਗੀ ਹੈ, ਉਹ ਕਮੀਆਂ ਨੂੰ ਦੂਰ ਕਰਕੇ ਇੱਕ ਬਿਹਤਰੀਨ ਸਕੂਲ ਔਰ ਐਜੂਕੇਸ਼ਨ ਬੱਚਿਆਂ ਨੂੰ ਪੂਰੀ ਕਰਾਂਗੇ। ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਵੈਸਟ ਹਲਕੇ ਦੇ ਵਿਧਾਇਕ ਨੇ, ਉਹਨਾਂ ਦਾ ਹੁਕਮ ਹੋਇਆ ਸੀਗਾ, ਔਰ ਅੱਜ ਸਾਡੇ ਕੌਂਸਲਰ ਕੰਚਨ ਗੁਲਾਟੀ ਜੀ, ਵਿਨੀਤ ਗੁਲਾਟੀ ਜੀ ਦੀ ਵਾਰਡ ਦੇ ਵਿੱਚ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਡਾਕਟਰ ਸਾਹਿਬ ਨੇ ਹੁਕਮ ਕੀਤਾ ਸੀ, ਅੱਜ ਸਾਰੇ ਸ਼ੁਰੂ ਕਰ ਦਿੱਤੇ ਗਏ ਨੇ, ਔਰ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਕਿ ਜੋ ਵੀ ਸਾਡੇ ਮਾਣਯੋਗ ਵਿਧਾਇਕ ਸਾਨੂੰ ਹੁਕਮ ਕਰਨਗੇ, ਉਹ ਸਾਰੇ ਦੀ ਸਾਰੀ ਇਨ ਬਿਨ ਜਿਹੜੀ ਡਿਵੈਲਪਮੈਂਟ ਹੈ ਉਹ ਨਗਰ ਨਿਗਮ ਵੱਲੋਂ ਕਰਵਾ ਕੇ ਦਿੱਤੀ ਜਾਏਗੀ। ਔਰ ਮੈਂ ਵਧਾਈ ਦਿੰਦਾ ਇਲਾਕਿਆਂ ਵਾਸੀਆਂ ਨੂੰ ਕਿ ਅੱਜ ਡਾਕਟਰ ਰਾਜਕੁਮਾਰ ਜੀ, MLA ਸਾਹਿਬ ਨੂੰ ਜੋ ਵੀ ਤੁਸੀਂ ਸੇਵਾ ਲਾਈ ਸੀ, ਅੱਜ ਸਕੂਲ ਵਾਸਤੇ ਵੀ ਉਹਨਾਂ ਨੇ 20 ਲੱਖ ਰੁਪਇਆ ਇੱਥੇ ਅਨਾਊਂਸ ਕੀਤਾ, ਔਰ ਹੋਰ ਵੀ ਇਲਾਕੇ 'ਚ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਕਿਸਮ ਦੀ ਕੋਈ ਵੀ ਡਿਵੈਲਪਮੈਂਟ ਅਧੂਰੀ ਨਹੀਂ ਰਹਿਣ ਦਿੱਤੀ ਜਾਏਗੀ, ਔਰ ਪੈਸੇ ਦੀ ਕਿਸੇ ਕਿਸਮ ਦੀ ਕੋਈ ਇੱਥੇ ਥੋੜ ਨਹੀਂ ਆਉਣ ਦਿੱਤੀ ਜਾਏਗੀ। ਮੈਂ ਸਮਝਦਾ ਕਿ ਬਹੁਤ ਹੀ ਕਰਮਾਂ ਭਾਗਾਂ ਵਾਲੇ ਹੋ ਕਿ ਤੁਹਾਡੀ ਅਗਵਾਈ ਬਹੁਤ ਹੀ ਹੋਣਹਾਰ ਵਿਧਾਇਕ ਡਾਕਟਰ ਰਾਜਕੁਮਾਰ ਕਰ ਰਹੇ ਨੇ, ਔਰ ਬਹੁਤ ਹੀ ਸਾਡੇ ਇੱਕ ਜੁਝਾਰੂ ਕੌਂਸਲਰ ਸਾਰੇ ਹੀ ਵੈਸਟ ਦੇ ਜਿਹੜੇ ਨੇ ਹਮੇਸ਼ਾ ਹੀ ਡਿਵੈਲਪਮੈਂਟ ਦੇ ਲਈ ਤਤਪਰ ਰਹਿੰਦੇ ਨੇ, ਔਰ ਤੁਹਾਡੇ ਇਲਾਕੇ ਦੀ ਡਿਵੈਲਪਮੈਂਟ ਲਈ ਦਿਨ ਰਾਤ ਇਹ ਨਗਰ ਨਿਗਮ 'ਚ ਆ ਕੇ ਤੁਹਾਡੇ ਕੰਮਾਂ ਦੇ ਲਈ ਸੁਚੇਤ ਨੇ ਔਰ ਕਰਾਉਂਦੇ ਨੇ। ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ, ਔਰ ਇੱਕ ਗੱਲ ਦਾ ਫਿਰ ਵਿਸ਼ਵਾਸ ਦਿਵਾਉਂਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਛੋਟੀ ਗਲੀ ਤੋਂ ਲੈ ਕੇ ਵੱਡੀ ਸੜਕ ਤੱਕ ਕਿਸੇ ਵੀ ਕਿਸਮ ਦੀ ਡਿਵੈਲਪਮੈਂਟ ਆ, ਇਹ 2019 ਦੇ ਜਿਹੜਾ ਵਰ੍ਹਾ ਵਾ ਇਹਨੂੰ ਅਸੀਂ ਵਿਕਾਸ ਦਾ ਵਰ੍ਹਾ ਮਨਾ ਰਹੇ ਹਾਂ, ਕਿਸੇ ਕਿਸਮ ਦੀ ਕੋਈ ਚੀਜ਼ ਅਧੂਰੀ ਨਹੀਂ ਰਹਿਣ ਦੇਵਾਂਗੇ, ਇਸ ਗੱਲ ਦਾ ਮੈਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ।